ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਕੁਝ ਦਿਨਾਂ ਤੋਂ ਭਾਖੜਾ ਨਹਿਰ ਤੇ ਦਿਨ ਰਾਤ ਦਾ ਧਰਨਾ ਲਗਾਇਆ ਹੋਇਆ ਸੀ, ਜੋ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਹਰਜਿੰਦਰ ਸਿੰਘ ਮਾਝੀ, ਕਥਾਵਾਚਕ ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਬਖਤੌਰ ਸਿੰਘ, ਕਥਾਵਾਚਕ ਭਾਈ ਰਣਜੀਤ ਸਿੰਘ ਖਾਲਸਾ ਆਦਿ ਵੱਲੋਂ ਕੀਤੇ ਗਏ ਫੈਸਲੇ ਤੇ ਅੱਜ ਭਾਖੜਾ ਨਹਿਰ ਤੋਂ ਕਰੀਬ 4 ਵਜੇ ਧਰਨਾ ਸਮਾਪਤ ਕਰ ਦਿੱਤਾ ਗਿਆ। ਇਹ ਧਰਨਾ ਮਤਲਬ ਜਿਹੜੇ ਧਰਨਾ ਤੁਸੀਂ ਕਿੰਨੇ ਮੰਗਾਂ ਮੰਗਣਤੀ ਰੱਖੋਗੇ ਧਰਨੇ ਕਿ ਜਾਂ ਵਿੱਚੋਂ ਛੱਡ ਦੋਗੇ? ਨਹੀਂ, ਜਿੰਨੀਆਂ ਸਾਡੇ ਕੌਮ ਦੇ ਜਿਨ੍ਹਾਂ ਦੇ ਉੱਤੇ ਲਾਠੀਚਾਰਜ ਜਿਹੜਾ 'ਚ ਗਏ, ਜਿੰਨਾ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ, ਉਹਨਾਂ ਦੀ ਅਗਵਾਈ ਦੇ ਵਿੱਚ ਧਰਨਾ ਚੱਲ ਰਿਹਾ, ਜਿਹਨਾਂ 'ਤੇ ਲਾਠੀਚਾਰਜ ਹੋਇਆ, ਜਿਵੇਂ ਉਹ ਸਾਨੂੰ ਦੱਸਣਗੇ ਉਹਨਾਂ ਚਿਰ ਇਹ ਧਰਨਾ ਚੱਲਦਾ ਰਹੂਗਾ। ਜਦੋਂ ਉਹਨਾਂ ਨੇ ਕਹਿਤਾ ਵੀ ਇਹ ਸਾਡਾ ਆਪਣਾ ਹੱਕ ਮਿਲ ਗਿਆ, ਉਹਨਾਂ ਨੂੰ ਸਜ਼ਾ ਮਿਲ ਗਈ, ਪਰਿਵਾਰ ਜਿਨ੍ਹਾਂ ਨੇ ਸਰੂਪਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਫੜ ਕੇ ਸਜ਼ਾ ਮਿਲ ਗਈ, ਜਿਹਨਾਂ ਸ਼ਹੀਦ ਕੀਤੇ ਆ ਉਹਨਾਂ ਆਫ ਇਹ ਧਰਨਾ ਕਿੰਨੇ ਚਿਰ ਚੱਲੂ ਇੱਥੇ ਹੈ, ਕਿਹਦੀ ਅਗਵਾਈ ਚੱਲ ਰਹੀ? ਇਹ ਅਗਵਾਈ ਚੱਲ ਰਿਹਾ ਹੈ ਭਾਈ ਪੰਥਪ੍ਰੀਤ ਸਿੰਘ ਢਭਾਲੀ ਮਾਝੀ ਅਤੇ ਆਪਣਾ ਰਣਜੀਤ ਸਿੰਘ ਢੱਡੀਆਂ ਵਾਲਾ, ਜਿਨ੍ਹਾਂ 'ਤੇ ਲਾਠੀਚਾਰਜ ਕੀਤਾ ਨਿਤਨੇਮ ਕਰਨ ਦੇ, ਉਹਨਾਂ ਦੀ ਅਗਵਾਈ 'ਚ ਇਹ ਚੱਲ ਰਿਹਾ। ਮੋਗਾ ਤੋਂ ਸੁਰਜੀਤ ਸਿੰਘ ਦੀ ਰਿਪੋਰਟ, ਪਹਿਰੇਦਾਰ ਟੀਵੀ।